श्री अकाल प्यारे विद्यार्थियों, इस वीडियो तो पहला वाली जिहड़ी वीडियो है उस वीडियोज़ दे विच तुसीं की सिख्या सी कि बी कैटागरी दे रूल्स कहड़े ने। उस तो पहला वाले वीडियोज़ दे विच तुसीं टर्म्स सिखिया सी वॉइस नाल संबंधित, सबजैक्ट कहड़ा हुंदा, वर्ब कहड़ा हुंदा, ऑब्जैक्ट कहड़ा हुंदा, हैल्पिंग वर्ब कहड़ा हुंदा। तां आपां जदों उह निजम सिख ले, ਭਾਵਾਂ ਆਪਾਂ ਉਦਾਹਰਣਾਂ ਸਹਿਤ ਸਿੱਖੇ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਨਿਯਮ ਭੁੱਲ ਜਾਂਦੇ ਹਾਂ। ਅੱਜ ਆਪਾਂ ਇਸ ਵੀਡੀਓ ਰਾਹੀਂ ਪ੍ਰੈਕਟਿਸ ਕਰ ਲਾਂਗੇ ਉਹਨਾਂ ਨਿਯਮਾਂ ਦੀ, ਤਾਂ ਕਿ ਉਹ ਕਦੇ ਵੀ ਸਾਡੇ ਦਿਮਾਗ ਦੇ ਵਿੱਚੋਂ ਨਿਕਲਣ ਨਾ, ਤੇ ਪੇਪਰ ਦੇ ਵਿੱਚ ਅਸੀਂ ਹਰ ਹਾਲਤ ਦੇ ਵਿੱਚ ਵੌਇਸ ਦਾ ਕੁਐਸਚਨ ਵਧੀਆ ਢੰਗ ਨਾਲ ਸੋਲਵ ਕਰਕੇ ਆਈਏ। ਆ ਜਾਓ ਆਪਾਂ ਸਿੱਖਦੇ ਹਾਂ, ਕਰਦੇ ਹਾਂ ਪ੍ਰੈਕਟਿਸ। प्यारे विद्यार्थियों, जिवें कि मैं तुहानूं पहला नियम दस्या सी कि आपां वाक नूं ही देखना है। हुण वाक दे विच की देखना है? सब तो पहला आपां देखना है कि की उस दे विच जिहड़ी फार्म आई है वह पहली कि दूजी कि विलशिल है। तां आपां इस वाक नूं देखदे हां, पहले वाक नूं, ही प्लेज क्रिकेट। प्लेज कीहड़ी फार्म है? पहली वर्ब दी पहली फार्म। पहली फार्म ने आपां करना की सी? ਆਪਾਂ ਕਰਨਾ ਇਹ ਸੀ ਕਿ ਜਾਂ ਤਾਂ ਇਜ਼ ਲੱਗੂ ਜਾਂ ਐਮ ਲੱਗੂ ਤੇ ਜਾਂ ਆਰ ਲੱਗੂ, ਤੇ ਫਾਰਮ ਦਾ ਅੰਦਰ ਹਰ ਪੈਸਾ ਵਾਇਸ ਦੇ ਵਿੱਚ ਤੀਜੀ ਲਾਉਣੀ, ਬਸ ਇਸੇ ਦਾ ਹੀ ਇਸਤੇਮਾਲ ਕਰ ਲਓ। ਆਪਾਂ ਸਬਜੈਕਟ ਬਣਾਤਾ ਕ੍ਰਿਕਟ, ਜਿਹੜਾ ਕਿ ਓਬਜੈਕਟ ਸੀ। ਹੁਣ ਕ੍ਰਿਕਟ ਨਾਲ ਕੀ ਲੱਗੂਗਾ? ਐਮ ਲੱਗ ਜੂ? ਨਹੀਂ। ਆਰ ਲੱਗ ਜੂ? ਨਹੀਂ। ਕੀ ਲੱਗੂ? ਇਜ਼। ਕ੍ਰਿਕਟ ਇਜ਼। ਤੀਜੀ ਫਾਰਮ ਆਪਾਂ ਹਮੇਸ਼ਾ ਕਰਨੀ ਹੀ ਕਰਨੀ ਹੈ, ਰੋਲਾ ਹੀ ਕੋਈ ਨੀ। ਪਲੇਡ ਕੀ ਆ ਜਾਏਗਾ? ਪਲੇਡ। ਕ੍ਰਿਕਟ ਇਜ਼ ਪਲੇਡ। ਬਾਏ ਆਪਾਂ ਹਰ ਪੈਸੋ ਵਾਇਸ ਦੇ ਵਿੱਚ ਲਾਉਣਾ ਹੀ ਲਾਉਣਾ। ਕ੍ਰਿਕਟ ਇਜ਼ ਪਲੇਡ ਬਾਏ। ਹੀ ਦਾ ਕੀ ਹੁੰਦਾ ਹੈ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ, ਬਸ ਬਣ ਗਿਆ, ਸੌਖਾ ਸੀ। ਦੂਜਾ ਇਹ ਆਪਾਂ ਨਾਲੋ ਨਾਲ ਹੁਣ ਉਦਾਹਰਣਾਂ ਰਾਹੀਂ ਆ ਨਿਯਮ ਵੀ ਦਿਮਾਗ ਵਿੱਚ ਰੱਖ ਰਹੇ ਹਾਂ ਤਾਂ ਕਿ ਸਾਡੇ ਯਾਦ ਹੀ ਹੋ ਜਾਣ। ਆਈ ਰੋਟ ਅ ਲੈਟਰ। ਆਪਾਂ ਨੂੰ ਪਤਾ ਹੈ ਕਿ ਭਾਈ ਫਾਰਮ ਦੇਖਣੀ ਹੁੰਦੀ ਹੈ। ਫਾਰਮ ਕਿਹੜੀ ਹੈ? ਦੂਜੀ। ਦੂਜੀ ਫਾਰਮ ਦਾ ਨਿਯਮ ਕੀ ਹੈ? ਵਾਜ ਜਾਂ ਵਰ, ਬਸ ਹੈ ਕੀ ਰੋਲਾ ਹੀ ਕੋਈ ਨੀ। ਅ ਲੈਟਰ ਨੂੰ ਅੱਗੇ ਲਿਓ, ਅ ਲੈਟਰ। ਹੁਣ ਕੀ ਲਾਵਾਂਗੇ? ਇਜ਼ ਲਾਵਾਂਗੇ? ਨਹੀਂ। ਆਰ ਲਾਵਾਂਗੇ? ਨਹੀਂ। ਕਿਉਂ ਨੀ ਲਾਵਾਂਗੇ? ਕਿਉਂਕਿ ਹੁਣ ਫਾਰਮ ਦੂਜੀ ਹੈ। ਫਿਰ ਦੂਜੀ ਫਾਰਮ ਹੈ ਤਾਂ ਕਿਹੜੀ ਕੰਪਨੀ ਚ ਕੋਈ ਚੀਜ਼ ਲਾਉਣੀ ਹੈ? ਵਾਜ ਜਾਂ ਵਰ ਦੇ ਵਿੱਚ। ਅ ਲੈਟਰ। ਅ ਲੈਟਰ ਇੱਕ ਹੈ, ਵਰ ਤਾਂ ਲੱਗ ਨਹੀਂ ਸਕਦਾ। ਵਾਜ। ਅ ਲੈਟਰ ਵਾਜ। ਤੀਜੀ ਫਾਰਮ ਰਾਈਟ ਰੋਟ ਰਿਟਨ। ਰਿਟਨ ਬਾਏ ਤਾਂ ਆਪਾਂ ਲਾਉਣਾ ਹੀ ਲਾਉਣਾ। ਆਈ ਦਾ ਕੀ ਬਣ ਜਾਂਦਾ? ਇਹ ਵੀ ਤੁਹਾਨੂੰ ਪਤਾ, ਮੀ, ਤੇ ਬਸ ਬਣ ਗਿਆ, ਔਖਾ ਹੈ ਨੀ। ਤੇ ਯਾਦ ਹੋ ਗਿਆ ਸਾਡੇ ਕਿ ਜੇ ਵਾਕ ਦੇ ਵਿੱਚ ਦੂਜੀ ਫਾਰਮ ਆ ਗਈ ਤਾਂ ਵਾਜ ਜਾਂ ਵਰ ਲੱਗ ਜਾਏਗਾ। ਤੀਜਾ ਵਾਕ ਦੇਖੋ, ਵੀ ਸ਼ੈਲ ਸਿੰਗ ਆ ਸੌਂਗ। ਉਸੇ ਤਰ੍ਹਾਂ ਪਹਿਲੇ ਤਾਂ ਆਪਾਂ ਸੌਂਗ ਬਾਹਰ ਕੱਢ ਲਏ। ਹੁਣ ਆਪਾਂ ਦੇਖਿਆ ਕਿ ਫਾਰਮ ਤਾਂ ਪਹਿਲੀ ਹੈ ਪਰ ਨਾਲ ਵਿਲਸ਼ਲ ਹੈ। ਆਪਣੇ ਕੋਲ ਨਿਸ਼ਾਨੀ ਸੀਗੀ ਕਿ ਜੇ ਵਾਕ ਦੇ ਵਿੱਚ ਵਿਲਸ਼ਲ ਹੋਵੇ। ਕੀ ਸੀਗਾ? ਵਾਕ ਚ ਜੇ ਵਿਲਸ਼ਲ ਹੋਵੇ ਤਾਂ ਆਪਾਂ ਕਰਨਾ ਕੀ ਹੈ? ਆਪਾਂ ਕਰਨਾ ਇਹ ਹੈ ਕਿ ਵਿਲ ਵੀ ਲਾਉਣਾ ਤੇ ਜਾਂ ਛਿਲ ਵੀ ਲਾਉਣਾ, ਗੱਲ ਹੀ ਕੋਈ ਨੀ। ਤਾਂ ਅ ਸੌਂਗ। ਅ ਸੌਂਗ ਨਾਲ ਕੀ ਜਜੂਗਾ? ਵਿਲ। ਅ ਸੌਂਗ ਵਿਲ ਵੀ। ਤੀਜੀ ਫਾਰਮ ਕਰ ਲਓ ਸਿੰਘ ਦੀ, ਸੰਗ। ਬਾਏ ਵੀ ਦਾ ਅਸ। ਔਰ ਸੌਂਗ ਵਿਲ ਬੀ ਸੰਗ ਬਾਏ ਅਸ। ਨਿਯਮ ਕੀ ਸੀਗਾ? ਕਿ ਵਿਲ ਸ਼ਲ ਜੇ ਵਾਕ ਦੇ ਵਿੱਚ ਆ ਗਿਆ ਤਾਂ ਆਪਾਂ ਵਿਲ ਬੀ ਜਾਂ ਸ਼ਲ ਬੀ ਲਗਾਉਣਾ ਹੈ। ਹਾਂ, ਇਹ ਜ਼ਰੂਰੀ ਨਹੀਂ ਹੈ ਕਿ ਵਾਕ ਚ ਸ਼ਲ ਆ ਗਿਆ ਤਾਂ ਆਪਾਂ ਸ਼ਲ ਬੀ ਲਾਉਣਾ। ਆਪਾਂ ਸਿਲੈਕਟ ਕਰ ਲੈਣਾ ਵਿਲ ਬੀ ਲੱਗ ਸਕਦਾ ਤੇ ਸ਼ਲ ਬੀ। ਕਿੱਥੋਂ ਪਤਾ ਲੱਗੂਗਾ? ਸਬਜੈਕਟ ਦੇ ਨਾਲ ਕੀ ਜਚਦਾ। ਅਗਲਾ ਵਾਕ ਹੈ ਦੇ ਆਰ ਪਲੇਇੰਗ ਕ੍ਰਿਕਟ। ਹੁਣ ਧਿਆਨ ਦਿਓ ਕਿਉਂ ਵਾਕ ਚੁਣਿਆ, ਕਿਉਂ ਆ ਮੈਂ ਕ੍ਰਿਕਟ। ਹੁਣ ਕ੍ਰਿਕਟ ਦੇ ਨਾਲ ਆਪਾਂ ਕੀ ਲਾਉਣਾ ਹੈ?
पहले मैं नियम याद दवाना थोन आई एन जी वाला इज एम आर लगे हुए तो आप इज एम आर प्लस वर्ब की पहली फार्मूला आई एन जी हो करना की है इज बीइंग एम बीइंग या फिर आर बीइंग इन्हें चो कोई चीज लानी है हूं आ जाओ ये क्रिकेट क्रिकेट चक लिया क्रिकेट एक चीज है एम तो लगना ही नहीं सी इज लगू क्रिकेट इज हम नाल की है बीइंग लाना क्रिकेट इज बीइंग तीजी फार्म करो प्ले की प्लेयर्ड बाय आप लाना ही लाना दे दैम इस तों बाद आपां हुण पंजवां नियम जिहड़ा हैगा ते पंजवां वाक उह सिखांगे अपना पंजवां वाक हैगा दे वर सिंगिंग अ सॉन्ग हुण असीं देखिआ कि वर भी लग्गिआ वै ते आई एन जी भी लग्गिआ ते वाक दे विच जदों वॉज जां वर दे नाल आई एन जी होवे जाणी कि पहली फार्म नाल आई एन जी होवे तां आपां करना की है वॉज बीइंग याद आ गया ना ए टॉक सॉल्व करो आप सोंग का अगे लो हूं असोंग है वाक च भावा वर आया वे मैं जान के वाक यहो जहा लेना तो आगे तुहाडे दिमाग जो कन्फ्यूजन है वह निकल जाए हूं असोंग के नाल जब आप वाज बीइंग लाना जा वर बीइंग लाना आप कि लाइए असोंग नाल वर लग जू नहीं क्यों क्योंकि एक गीत है एक ना तो सी लगू सन थोड़ा लगू अ सॉन्ग वॉज बीइंग तीजी फॉर्म करो संग बाय आपके को लाओ लाता जी दे की कर दो ये भी तुम्हें पता है डैम आ तुम समझाने वास्ते अगला वाक देखो They have solved a sum. हुण इह तां तुहानूं पता है कि तुसीं अ सम नूं अगे कर लोगे हुण गल इह आउंदी है कि भाई इत्थे करिए की तुहानूं इह दस्सिआ गिआ सी निजम कि हैज होवे जां फिर की होवे हैव होवे ते वर्ब दी तीजी फार्म होवे आपां करना की है इसका कुछ भी नहीं हैज बीन लाउणा ए भी अपन पता लग गया कि हैज हैव हो बीन ना लाउणा है पर हैज बीन लाइए कि हैव बीन लाइए इस गल का फैसला कौन करता है सब्जेक्ट जिन्हों तुसीं ऑब्जेक्ट नूं सब्जेक्ट बनाया वह फैसला करता है कि भाई मेरे नाल हैज बीन जचदा है कि मेरे नाल हैव बीन जचदा तो आप देख लें असम एक सवाल नाल की है हैज बीन तो आप हैज बीन ला लेंगे हैज बीन तीजी फॉर्म तो पहला नहीं सी हूं भी आप करनी है पैसो वॉयस च सारे तीजी फॉर्म ही करनी है असम हैज बीन फॉरवर्ड बाय यह तुम्हें बहुत चंगी तरह पता बाय डैम ये भी ला लेंगे हो तुम वाल आ आ जिहड़ा पिछला हिस्सा है जिहड़ा ऑब्जेक्ट है उन्होंने सब्जेक्ट बना लेना यह भी आता है रोला सिर्फ एक गल का ही रह जाता है कि भाई हैल्पिंग वर्ब कि सिलेक्ट करिए अज आप सीखी जाने सत्तवां वाक देखो ही हैड कंप्लीटेड हिज होमवर्क आप सीखा सीगा कि जे हैड अजे करना जी हैड बीन इन्हें तो अपन सिलेक्ट करने की भी लोड़ नहीं कुछ भी सिलेक्ट ही सिलेक्ट है तो ये करो हिज होमवर्क लिख लिया आप करना हैड बीन रोड़ा ही कोई नहीं हैड बीन तीजी फॉर्म तो आप करनी ही करनी है कंप्लीटड बाय अगे तो आता ही है हिम बन गया ना सौखा सी हां आ नियम तुहाडे वास्ते पासे ते तुहानूं याद कराने वास्ते लिखे है अगला वाक देख लो बच्चे वी कैन ईट मैनी चपाती आप एक निजम किया
ਕਿ ਜੇ ਕੈਨ ਕੁੱਡ ਹੁੰਦੇ ਮਾਈਟ ਸ਼ੁੱਡ ਮਸਟ ਆਊਟ ਟੂ ਏਦਾਂ ਦਾ ਆ ਜਾਏ ਤਾਂ ਨਾਲ ਬੀ ਲਾਉਣਾ ਬਸ ਹੋਰ ਕੁਛ ਨੀ ਤੇ ਜੇ ਕੈਨ ਆਇਆ ਤਾਂ ਕੈਨ ਦੇ ਨਾਲ ਹੀ ਬੀ ਲਾਉਣਾ ਕੁੱਡ ਆਇਆ ਤਾਂ ਕੁੱਡ ਦੇ ਨਾਲ ਹੀ ਬੀ ਲਾਉਣਾ ਹੈਜ਼ ਹੈਵ ਵਾਂਗੂ ਸਿਲੈਕਟ ਕਰਨ ਦੀ ਲੋੜ ਨੀ ਇਹਨਾਂ ਚ ਤਾਂ ਕੈਨ ਆ ਕੇ ਤਾਂ ਕੀ ਲਾਵਾਂਗੇ ਕੈਨ ਆ ਕੇ ਤਾਂ ਕੀ ਲਾਵਾਂਗੇ ਕੈਨ ਬੀ ਜੇ ਕੁੱਡ ਆ ਗਿਆ ਤਾਂ ਕੀ ਲਾਵਾਂਗੇ ਕੁੱਡ ਆ ਗਿਆ ਤਾਂ ਕੁੱਡ ਬੀ ਠੀਕ ਹੈ ਜੀ ਆ ਜਾਓ ਫਿਰ ਹੁਣ ਦੇਖੋ ਕੀ ਆ ਗਿਆ ਮਿਹਣੀ ਚਪਾਤੀ ਮਿਹਣੀ ਚਪਾਤੀ ਅੱਗੇ ਦੇਖੋ ਹੁਣ ਕੈਨ ਬੀ ਕਿਉਂਕਿ ਬੀ ਨਾਲ ਲਾਉਣਾ ਸੀ ਮਿਹਣੀ ਚਪਾਤੀ ਕੈਨ ਬੀ ਈਟਨ ਬਾਏ ਕਿਹਦੇ ਦੁਆਰਾ ਵੋਈ ਦਾ ਕੀ ਬਾਂਝੂ ਆਸ ਮਿਹਣੀ ਚਪਾਤੀ ਕੈਨ ਬੀ ਈਟਨ ਬਾਏ ਆਸ ਤਾਂ ਅਸੀਂ ਦੇਖਿਆ ਕਿ ਕੈਨ ਆ ਜੇ ਕੁੱਡ ਆ ਜੇ ਤਾਂ ਨਾਲ ਕੱਲਾ ਬੀ ਲਾਉਣਾ ਬੜਾ ਵੱਡਾ ਮੰਤਰ ਨੀ ਕੁਛ ਨੀ ਤੇ ਅਸੀਂ ਦੇਖੋ ਹੁਣ ਉਦਾਹਰਣਾਂ ਨਾਲ ਸਾਰੇ ਨਿਯਮ ਜਿਹੜੇ ਆਪਾਂ ਵੋਇਸ ਦੇ ਕੀਤੇ ਸੀ ਉਹ ਸਾਡੇ ਹੁਣ ਯਾਦ ਹੋਣ ਲੱਗ ਗਏ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਧਿਆਨ ਨਾਲ ਦੇਖਦੇ ਹੋ ਤੇ ਕਮੈਂਟ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਮੇਰਾ ਹੌਸਲਾ ਬਹੁਤ ਵਧਾ ਰਹੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ।